ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਬ ਡਿਵੀਜ਼ਨ ਫਲੋਰ ਵਿੱਚ ਪੰਜਾਬ ਪੁਲਿਸ, ITV ਅਤੇ PAP ਪੁਲਿਸ ਨੇ ਸਾਂਝੇ ਤੌਰ ਤੇ ਫਲੈਗ ਮਾਰਚ ਕੀਤਾ, ਜਿਸ ਵਿੱਚ ਮਹਿਲਾ ਪੁਲਿਸ ਵੀ ਮੌਜੂਦ ਸੀ। ਇਹ ਫਲੈਗ ਮਾਰਚ ਸ਼ਹਿਰ ਤੋਂ ਹੁੰਦਾ ਹੋਇਆ ਸਬ ਡਿਵੀਜ਼ਨ ਦੇ ਸਾਰੇ ਪਿੰਡਾਂ ਵਿੱਚ ਗਿਆ। ਥਾਣਾ ਫਲੋਰ ਦੇ SHO ਜਸਵਿੰਦਰ ਸਿੰਘ ਨੇ ਦੱਸਿਆ ਕਿ ਫਲੈਗ ਮਾਰਚ ਲੋਕਾਂ ਦੇ ਦਿਲਾਂ ਚੋਂ ਡਰ ਕੱਢਣ ਲਈ ਕੱਢਿਆ ਗਿਆ ਹੈ ਕਿ ਪ੍ਰਸ਼ਾਸਨ ਹਰ ਵਕਤ ਤੁਹਾਡੇ ਨਾਲ ਹੈ, ਤੁਹਾਡੀ ਮਦਦ ਲਈ ਤਿਆਰ ਹੈ। ਜਦੋਂ SHO ਜਸਵਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਕੀ ਇਹ ਫਲੈਗ ਮਾਰਚ ਫਗਵਾੜਾ ਸ਼ਹਿਰ ਦੇ ਵਿੱਚ ਹੋਏ ਕਾਂਡ ਨੂੰ ਲੈ ਕੇ ਆ, ਤਾਂ ਉਹਨਾਂ ਕਿਹਾ ਕਿ ਇਸਦਾ ਉਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਤੁਸੀਂ ਫਲੋਰ ਦੇ ਵਿੱਚ ਕਾਫੀ ਫੋਰਸ ਨਾਲ ਲੈ ਕੇ ਤੁਸੀਂ ਫਲੈਂਗ ਮਾਰਚ ਕਰ ਰਹੇ ਹੋ, ਸਰ ਕੀ ਮਕਸਦ ਹੈਗਾ ਫਲੈਂਗ ਮਾਰਚ ਕਰਨ ਦਾ? ਇਹ ਅਮਨ ਤੇ ਕਾਨੂੰਨ ਦੀ ਸ਼ਾਂਤੀ ਰੱਖਣ ਲਈ ਅਸੀਂ ITV ਦੀ ਫੋਰਸ ਤੇ PAP ਹੈੱਡਕੁਆਰਟਰ ਤੋਂ ਫੋਰਸ ਤੇ ਪੰਜਾਬ ਪੁਲਿਸ ਦੀ ਟੁਕੜੀਆਂ ਨਾਲ ਸਾਂਝਾ ਇੱਕ ਅਸੀਂ ਇੱਥੇ ਫਲੈਗ ਮਾਰਚ ਕਰ ਰਹੇ ਹਾਂ ਕਿ ਲੋਕਾਂ 'ਚ ਪ੍ਰਭਾਵ ਪਵੇ, ਅਮਨ ਤੇ ਸ਼ਾਂਤੀ ਜਿਹੜੀ ਉਹ ਬਣਾਈ ਰੱਖਣ। ਠੀਕ ਹੈ ਸਰ, ਜਿਹੜੇ ਫਗਵਾੜੇ ਵਿੱਚ ਜਿਹੜਾ ਕੋਈ ਤਣਾਅਪੂਰਨ ਜਿਹੜਾ ਮਾਹੌਲ ਹੋਇਆ ਉਹਦੇ ਅਕੋਰਡਿੰਗ ਤਾਂ ਨਹੀਂ ਇਹ ਫਲੈਗ ਮਾਰਚ? ਨਹੀਂ, ਉਹਦੇ ਸੰਬੰਧ ਵਿੱਚ ਸਾਡੇ ਇੱਥੇ ਅਜੇ ਕੋਈ ਗੱਲ ਨਹੀਂ। ਅਸੀਂ ਤਾਂ ਵੈਸੇ ਹੀ ਆਪਣੇ ਸ਼ਹਿਰ ਨੂੰ ਸ਼ਾਂਤੀ ਰੱਖਣ ਲਈ ਤੇ ਆਪਣੇ ਲੋਕਾਂ ਨੂੰ ਤੱਕ ਸੁਨੇਹਾ ਪਹੁੰਚਾਉਣ ਲਈ ਜਿਹੜੀ ਫੋਰਸ ਬਾਹਰੋਂ ਬੁਲਾ ਕੇ ਇੱਕ ਫਲੈਗ ਮਾਰਚ ਜਿਹੜਾ ਉਹ ਕੱਢ ਰਹੇ। ਤੇ ਜਿਹੜੀ ਫਲੈਗ ਮਾਰਚ ਆ ਸਰ, ਇਹ ਪਿੰਡਾਂ ਵਿੱਚ ਵੀ ਜਾਏਗੀ? ਹਾਂ, ਇਸ ਵਾਰ ਅਸੀਂ ਇੱਥੋਂ ਅਪਰਾ ਸਾਈਡ ਤੇ ਅੱਗੇ ਧਲੇਤਾ ਵੜਾ ਪਿੰਡ ਗਰਾਇਆ ਸਾਈਡ ਸਾਰੇ ਅਸੀਂ ਇਹਨੂੰ ਫਲੈਗ ਮਾਰਚ ਜਿਹੜਾ ਕੱਢ ਕੇ ਨਾ ਟੋਟਲ ਗੱਡੀਆਂ ਨਾਲ ਜਾਵਾਂਗੇ।